सत श्री अकाल जी, स्वागत है थोड़ा थोड़े अपने यूट्यूब चैनल रमन पंजाबी कुकिंग एंड ब्लॉग दे विच। आज दी जड़ी वीडियो थोड़े नाल शेयर करन लगे आपां, ये करन लगे आपां पार्क दी वीडियो शेयर, जिहड़ा कि अपने घर दे जमा बिल्कुल नज़दीक है। उहदी वीडियो जिहड़ी आपां शेयर करांगे थोड़े नाल, आपां चलदे पार्क। ये पार्क च आपां पहुँच गए हैं। ये हैगा उहदा एंट्री गेट। इत्थे जिहड़ा सवेर ते शाम नूं सैर करन वाले बहुत ज़्यादा इकट्ठ हुंदा, ते हुण थोड़ा जिहा ना वीडियो बनाउणी करके आपां थोड़ा जिहा वड्डे दिन आए सीगे वीडियो बनाउण। बहुत वधिया व्यू हुंदा इत्थे, बहुत शांति मिलदी आ। ये जिहड़ी साइडां ते बनाई हुई आ तुरन लई, हाँ जिहड़ा पार्क दा काम चली जांदा थोड़ा हजे रहिंदा है, कंप्लीट नहीं हुई पूरी हजे, पर वधिया शाम सवेरे शाम वधिया लगदा इत्थे। उस तो पहला जे तुसीं साडे चैनल ते नवें आए हो प्लीज़ साडे चैनल नूं कर दिओ सबसक्राइब, ते नाल जिहड़ा बैल दा बटन आ उहनूं भी प्रेस कर दिओ, तां कि जिहड़ी आउण वाली वीडियो उहदा नोटिफिकेशन ਤੁਹਾਡੇ ਤੱਕ ਪਹੁੰਚ ਸਕੇ। ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਤੁਸੀਂ ਦੇਖੋ ਪਾਰਕ। ਇਹ ਟਾਈਮ ਜਿਹੜਾ 7 ਵਜੇ ਦਾ ਹੀ ਆ, ਜੇ 7 ਵਜੇ ਦਾ ਟਾਈਮ ਆ। ਜੇ ਹੁਣ ਜਿਹੜੀ ਧੁੱਪ ਆ ਨਾ ਜਲਦੀ ਚੜ੍ਹ ਜਾਂਦੀ ਆ, ਜਲਦੀ ਜਿਹੜਾ ਸੂਰਜ ਨਿਕਲ ਆਉਂਦਾ ਕਰਕੇ ਇੱਦਾਂ ਲੱਗਦਾ ਵੀ ਜਿਵੇਂ ਬਹੁਤ ਵੱਡਾ ਦਿਨ ਹੁੰਦਾ। ਸਵੇਰ ਦਾ ਟਾਈਮ ਹੀ ਹੈ, ਸਵੇਰ ਦੇ ਟਾਈਮ ਹੀ ਆਪਾਂ ਗਏ ਸੀ ਪਾਰਕ 'ਚ ਵੀਡੀਓ ਬਣਾਉਣੀ ਕਰਕੇ, ਥੋੜ੍ਹਾ ਆਪਾਂ ਵੱਡੇ ਦਿਨ ਗਏ ਸੀ, 7:45 ਦਾ ਟਾਈਮ ਬਸ ਇੱਥੇ ਕਿਤੇ ਸੀਗਾ। ਇਹ ਇਹਦੇ ਸੈਂਟਰ 'ਚ ਜਿਹੜਾ ਪਾਰਕ ਦੇ ਵਿੱਚ ਇਹ ਘਾਹ ਲੱਗਾ ਬੈਠਣ ਵਾਸਤੇ, ਇਹ ਤੁਰਨ ਲਈ ਬਣਾਈ ਹੋਈ ਆ ਸਾਰੇ ਸੜਕ। ਇੱਧਰ ਜਿਹੜਾ ਹਜੇ ਘਾਹ ਲਾਉਣ ਵਾਲਾ ਰਹਿੰਦਾ, ਅਤੇ ਬੱਚੇ ਵੀ ਜਿਹੜੇ ਇੱਥੇ ਖੁਸ਼ ਹੋ ਕੇ ਜਾਂਦੇ ਆ, ਕਿਉਂਕਿ ਇਹਨਾਂ ਨੂੰ ਐਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਪੀਂਘਾਂ ਦੇ ਉੱਪਰ ਝੂਟੇ ਲਵਾਂਗੇ, ਪੀਂਘ ਝੂਟਾਂਗੇ ਆਪਾਂ। ਉਨੇ ਟਾਈਮ 'ਚ ਆਪਾਂ ਦਾਲੇ ਦਾਲੇ ਦੇ ਚੱਕਰ ਲਾ ਲਈਦੇ, ਸੈਰ ਵੋਕ ਕਰ ਲਈਦੀ ਆ, ਸ਼ਾਮ ਦੇ ਟਾਈਮ ਵੀ ਵੋਕ ਕਰ ਲਈਦੀ, ਰੋਟੀ ਖਾ ਕੇ ਚਲੇ ਜਾਈਦਾ। ਨੇੜਾ ਸੌਖਾ ਹੈ, ਬੱਚੇ ਉਹਨਾਂ ਚਿਰ ਇੱਥੇ ਝੂਲੇ ਝੂਲ ਲੈਂਦੇ ਆ, ਪੀਂਘਾਂ ਕਹਿੰਦੇ ਝੂਟ ਲੈਂਦੇ। ਇਹ ਅਰਮਾਨ ਅਤੇ ਇਹ ਹੈਗਾ ਸਾਡਾ ਦੋਤਾ, ਮੇਰੀ ਨਾਨਾ ਦਾਈ ਹੋਈ ਆ ਛੋਟੀ, ਉਹਦਾ ਬੇਟਾ, ਤਾਂ ਕਰਕੇ ਅਸੀਂ ਵੀਡੀਓ 'ਚ ਜ਼ਿਆਦਾ ਨਹੀਂ ਆਏ। ਉਹ ਕਹਿੰਦੇ ਵੀ ਨਹੀਂ ਅਸੀਂ ਵੀਡੀਓ 'ਚ ਨਹੀਂ ਆਉਣਾ ਗਾ, ਫਿਰ ਆਪਾਂ ਵੀਡੀਓ ਤਾਂ ਨਹੀਂ ਬਣਾਉਂਦੇ ਹੁੰਦੇ ਗੇ। ਬੱਚੇ ਇਹਨਾਂ ਨੂੰ ਇੱਥੋਂ ਲਿਆਉਣਾ ਬਹੁਤ ਔਖਾ, ਬਸ ਯਾਰ ਉੱਥੋਂ ਛੇਤੀ ਨਹੀਂ ਆਉਂਦੇ ਗੇ, ਫਿਰ ਇਹਨਾਂ ਨੂੰ ਐਂ ਹੁੰਦਾ ਸੀ ਹੋਰ ਥੋੜ੍ਹਾ ਟਾਈਮ ਯਾਰ ਚੱਲ ਵੜੋ ਝੂਟੇ ਲੈਣੇ ਆ। ਤੁਸੀਂ ਨਾ ਪੀਂਘਾਂ ਤੋੜਨੀਆਂ ਇਹਨਾਂ ਦੀਆਂ, ਚਲੋ ਜੀ ਤੁਸੀਂ ਵੀਡੀਓ ਨੂੰ ਕਰੋ ਇੰਜੋਏ, ਬਸ ਕਰ ਵੀ ਤੋੜ ਦੇਗਾ ਸ਼ਰਾ।
ਆਪਾਂ ਉੱਪਰ ਦੀ ਇੱਕ ਚੱਕਰ ਲਗਾਉਂਦੇ ਹਾਂ, ਸਾਰੀ ਪਾਰਕ ਦਿਖਾਉਂਦੇ ਤੁਹਾਨੂੰ। ਇਹਦੇ ਜਿਹੜੇ ਸਾਰੇ ਪਾਰਕ ਦੇ ਦਾਲੇ ਦਾਲੇ ਨਾ ਸੜਕ ਲੱਗਦੀ ਆ, ਪਾਰਕ ਦੇ ਇੱਕ ਸਾਈਡ 'ਤੇ ਨਹੀਂ ਗਾ, ਤਿੰਨ ਸਾਈਡਾਂ 'ਤੇ ਸੜਕ ਲੱਗਦੀ ਹੈ। ਇਹਦੇ ਇਹ ਉਹ ਹੀ ਸੜਕ ਆ ਜਿਹੜੀ ਆਪਣੇ ਬਾਹਰ ਅੱਗੇ ਦੀ ਜਾਂਦੀ ਆ, ਆਪਣੇ ਘਰ ਤੋਂ ਦੋ ਤਿੰਨ ਘਰ ਛੱਡ ਕੇ ਹੀ ਆ ਇਹ ਪਾਰਕ, ਨੇੜੇ ਆਪਣੇ ਘਰ ਦੇ। ਇੱਧਰ ਅਰਮਾਨ ਅਤੇ ਜੈਸਨੂਰ ਹੈ। ਇੱਥੇ ਬੈਠਣ ਲਈ ਵੀ ਜਿਹੜੀਆਂ ਕਾਫੀ ਸਾਰੀਆਂ ਕੁਰਸੀਆਂ ਲਾਈਆਂ ਹੋਈਆਂ ਨੇ। ਕਈ ਵਾਰ ਇੱਦਾਂ ਹੁੰਦਾ, ਕਈਆਂ ਤੋਂ ਬੱਚਿਆਂ ਦੇ ਨਾਲ ਚਲੇ ਜਾਂਦੇ ਆ, ਨਹੀਂ ਤੁਰਿਆ ਜਾਂਦਾ ਗਾ, ਥੱਲੇ ਵੀ ਨਹੀਂ ਬੈਠਿਆ ਜਾਂਦਾ, ਅਤੇ ਜਿਹੜਾ ਸਾਰੇ ਜਣੇ ਕੁਰਸੀਆਂ 'ਤੇ ਬੈਠ ਜਾਂਦੇ ਆ। ਸਵੇਰ ਦੇ ਟਾਈਮ ਅੱਗੇ ਅਸੀਂ ਪਹਿਲਾਂ ਚਲੇ ਜਾਂਦੇ ਹਾਂ, ਉਦੋਂ ਸ਼ਾਮ ਨੂੰ ਅਤੇ ਸਵੇਰੇ ਜਦੋਂ ਜਾਂਦੇ ਹਾਂ ਉਦੋਂ ਕਾਫੀ ਜਿਹੜਾ ਹਨੇਰਾ ਹੁੰਦਾ, ਵੀਡੀਓ ਕਲੀਅਰ ਨਹੀਂ ਬਣਦੀ ਸੀਗੀ। ਅਤੇ ਆਪਾਂ ਵੀਡੀਓ ਲਈ ਇੱਥੇ ਸਪੈਸ਼ਲ ਥੋੜ੍ਹਾ ਜਿਹਾ ਵੱਡੇ ਦਿਨ ਆਏ ਹਾਂ। ਇਹ ਐਂਟਰੀ 'ਚ ਜਿਹੜੀਆਂ ਕੁਰਸੀਆਂ, ਕਾਫੀ ਕੁਰਸੀਆਂ ਲੱਗੀਆਂ ਹੋਈਆਂ, ਬਾਹਰ ਵੀ ਲੱਗੀਆਂ ਹੋਈਆਂ, ਵਧੀਆ ਲੱਗਦਾ ਇੱਥੇ ਜਾ ਕੇ। ਇੱਕ ਚੱਕਰ ਲਾ ਕੇ ਆ ਕੇ ਫੇਰ ਇਹ ਝੂਲਿਆਂ 'ਤੇ ਚੜ੍ਹ ਗਏ। ਚਲੋ ਜੀ, ਅੱਜ ਵਾਲੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ, ਕੋਈ ਨਵੀਂ ਰੈਸਪੀ ਜਾਂ ਵਲੌਗ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।